ਉਸੇ ਤਰ੍ਹਾਂ ਮੱਕੀਦਾ ਦੇ ਗਾਂ ਸੁਣ ਕੇ ਮੈਦਾਨਾਂ ਜਾਣ ਤੇ ਚਲਾ ਗਿਆ। ਜਦੋਂ ਲੜਦਿਆਂ ਲੜਦਿਆਂ ਸ਼ਹੀਦ ਹੋਇਆ ਸਦਾ ਪੀਂਦਾ ਸੁਨਾਸ਼ ਤੱਕ।
Thank you.
ਆਪਣੀ ਕਬਰ ਸਾਹਮਣੇ ਬੈਠਾ ਹੈ ਆਤਾ ਮਰਮਾਨਾ ਜਾਂ ਕਬਰ
ਪਤਾ ਚੱਲਿਆ। ਫਤਰਾ ਮੈਂ ਉਸਮਾਨ ਨੂੰ ਪੁੱਛਿਆ, ਐ ਉਸਮਾਨ ਕਿਆ ਅੱਲਾਹ ਨੇ ਨਬੀ ਦੀ ਤਿਆਰੀ ਕੀਤੀ? ਸੈਯਦਾ ਫਾਤਿਮਾ ਦਾ ਗਲਾ ਹਜ਼ਰਤ ਅਲੀ ਕੋਲੋਂ ਲਗਾ ਕੇ ਤੇ ਕਹਿੰਦਾ ਕਿ ਯਾਰ ਦੇਖੋ ਜਿਹਦਾ ਪਤਾ ਕਿ ਗਲਾ ਪਾ ਰਿਹਾ ਹੋ ਗਈ ਸੀ ਸਭ ਨੂੰ ਪਤਾ ਸੀ ਕਿ ਅੱਜ ਇਸ ਨੇ ਗਲਾ ਹਤਾਲਾ ਸਭ ਨੇ ਕੋ ਗਰੀਬ ਸੀ ਆਪੀ ਤੇ ਉਸਮਾਨ ਨੇ ਆਪਣੇ ਕੋਲ ਬੁਲਾਇਆ ਆਪਣੇ ਘਰ ਦੇ ਦਿੱਤਾ ਕਹਿੰਦਾ ਕਿ ਇਹ ਸਿਰਾ ਰਹਿਦਾ ਜਾ ਕੇ ਯਹੂਦੀ ਨੂੰ ਮਿਲੇ ਆਪਣੀ ਸ਼ਾਦੀ ਦੀ ਤਿਆਰੀ ਕਰ ਤੇ ਮੇਰਾ ਨਾਮ ਕਿਸੇ ਤੇ ਨਹੀਂ ਜਾ ਕੇ ਲੈਣਾ ਜਿਸ ਨੂੰ ਮੈਂ ਤੁਹਾਨੂੰ ਹਰਾ ਕਰ ਕੇ ਨੂੰ ਮੁਰਤਦਾ ਸਿਰਾ ਲੈ ਕੇ ਚਲੇ ਗਿਆ ਤੇ ਉਹ ਯਹੂਦੀ ਨੂੰ ਸਿਰਾ ਕੇ ਜੀ ਇਹ ਪੈਸੇ ਲੈ ਕੇ ਜਾ ਦੇ ਨਬੀ ਕੋਲ ਆਇਆ ਤੇ ਆਕਾ ਪਰ ਮੰਗਦੇ ਜਾ ਕੇ ਕੀ ਪੁੱਤੇ ਤੇ ਨਬੀ ਕੋਲ ਫਸ ਕੇ ਤੰਗਾ ਲੈ ਤੇਰੇ ਕੋਲ ਪੈਸੇ ਕਿੱਥੋਂ ਆਇਆ ਤੇ ਹਜ਼ਰਤ ਅਲੀ ਨੇ ਉਹਦਾ ਕਹਿਣਾ ਕਿ ਆਸਮਾਨ ਦੇ ਰੱਬ ਕੇ ਭੇਜੇ ਨੇ ਤੇ ਜਿਸ ਵਕਤ ਸੈਯਦਾ ਫਾਤਿਮਾ ਨੂੰ ਮੇਰੇ ਪੈਗੰਬਰ ਆਪਣੇ ਘਰ ਦੇ ਅੰਦਰ ਕਹਿਣ ਲੱਗਾ ਕਿ ਮੇਰੀ ਡਿਊਟੀ ਦੀ ਤਿਆਰੀ ਕਰੋ ਹਜ਼ਰਤ ਅਲੀ ਨੇ ਫਤੋਦਾ ਦੁੱਧਾ ਪਾਪਾ ਦੇ ਆਇਆ ਜਿਸ ਵਕਤ ਮੇਰੇ ਪੈਗੰਬਰ ਦੀ ਡਿਊਟੀ ਦੀ ਤਿਆਰੀ ਕਰ ਰਹੇ ਨੇ ਤੇ ਤਿਆਰ ਕਰ ਲਿਆ ਮੈਨੂੰ ਮਾਫੀ ਦੀ ਮੈਂ ਸਦਮਾ ਦੀ ਅੱਲਾਹ ਮੇਰੇ ਬਾਪ